ਉਸੇ ਘਰ ਦੇ ਵਿੱਚ ਪਿਆ ਹੁੰਦਾ ਜਿਹਨੂੰ ਜੱਫੇ ਮਾਰ ਮਾਰ ਨਹੀਂ ਥੱਕਦੇ ਪੋਤਰੇ ਦੋਤਰੇ, ਉਹ ਵਿਹੜੇ ਦੇ ਵਿਚਕਾਰ ਪਿਆ ਹੁੰਦਾ ਤੇ ਮੀਆਂ ਸਾਹਿਬ ਲਿਖਦੇ ਨੇ ਕਿ ਇਨਸਾਨ ਤੇਰੀ ਔਕਾਤ ਆ ਏ ਕਿ ਜਾਂਦੀ ਵਾਰ ਜਾਂਦੀ ਵਾਰ ਓਏ ਡਰਾਉਣਾ ਬਣਿਓ ਤੇ ਹੱਥ ਨਹੀਂ ਲਾਉਂਦੇ ਡਰਦੇ ਤੇ ਜਿੰਨਾ ਲਈ ਤੂੰ ਇਹ ਪਾਪ ਕਮਾਏ ਬਈ ਕਿੱਥੇ ਨੀ ਅੱਜ ਉਹ ਕਰਦੇ ਰਿਸ਼ਤੇਦਾਰ ਰਿਸ਼ਤੇਦਾਰ ਤੇ ਭੈਣ ਭਰਾ ਵੀ ਉਹ ਹੱਥ ਪੈ ਲਾਉਣ ਤੂੰ ਡਰਦੇ ਤੇ ਪੈਰ ਪਸਾਰ ਪਿਓ ਵਿੱਚ ਵੇੜੇ ਤੇ ਕੱਢੋ ਕੱਢੋ ਕਰ ਦੇ ਤੇ ਭਰ ਭਰ ਬੁੱਖ ਅੱਲਾ ਸਭ ਦੀ ਜ਼ਿੰਦਗੀ ਦਰਾਜ਼ ਕਰੇ। ਅਸੀਂ ਦੋਸਤ ਬੈਠੇ ਹਾਂ, ਜਦੋਂ ਸਾਡੇ 'ਚੋਂ ਕਿਸੇ ਚੱਲਾ ਜਾਣਾ ਤਾਂ ਪਤਾ ਹੈ ਦੋਸਤ ਸਭ ਤੋਂ ਵੱਡਾ ਉੱਤੇ ਅਹਿਸਾਨ ਕੀ ਕਰਨਗੇ ਚਾਹੇ ਮੈਂ ਹੀ ਹੋਵਾਂ ਉਹਨਾਂ 'ਚੋਂ। ਭਰ ਭਰ ਬੁੱਖ ਮਿੱਟੀ ਦੇ ਪਾਉਂਦੇ ਉੱਤੇ ਕਰਦੇ ਢੇਰ ਉਚੇਰਾ ਤੇ ਮੰਗ ਦੁਆ ਘਰਾਂ ਨੂੰ ਜਾਂਦੇ ਤੇ ਪਰਤ ਨਹੀਂ ਪਾਉਂਦੇ ਫੇਰਾ ਤੇ ਸਹਿ ਸਹਿ ਜੋੜ ਸੰਗਤ ਦੇ ਡਿੱਠੇ ਉੱਤੇ ਓੜ ਕਵਿਥਾਂ ਪਈਆਂ ਤੇ ਜਿਨ੍ਹਾਂ ਦੇ ਬਾਜੂ ਇੱਕ ਪਲ ਨਹੀਂ ਸਾਂਝਿਉਂਦੇ ਉਹ ਸ਼ਕਲਾਂ ਯਾਦ ਨਾ ਰਹੀਆਂ ਤੇ ਅਸਲਾਂ ਨਾਲ ਜੇ ਨੇਕੀ ਕਰੀਏ ਉੱਤੇ ਕਦੇ ਵੀ ਨਹੀਂ ਹੋਏ ਭੁਲਾਉਂਦੇ ਤੇ ਬੇਨਸਲੇ ਜਿਹੜੇ ਹੋਣ ਮੁਹੰਮਦ ਉਹ ਕੌਡੀ ਮੁੱਲ ਨਹੀਂ ਪਾਉਂਦੇ ਤੇ ਮਗਰ ਸ਼ਿਕਾਰੀ ਕਰਨ ਤਿਆਰੀ ਉਹ ਪਾਰ ਚਰੇ ਦਿਆ ਹਰਨਾ ਤੇ ਜੋ ਬਣਿਆ ਉਸ ਟੈਣਾ ਆਖਰ ਤੇ ਜੋ ਜੰਮਿਆ ਉਸ ਮਰਨਾ ਤੇ ਮਾਂ ਮਰੇ ਤੇ ਮੁੱਕ ਜਾਣ ਮਾਪੇ ਤੇ ਜੇ ਪਿਓ ਮਰੇ ਘਰ ਵੇਲਾ ਤੇ ਜੇਕਰ ਵੀਰ ਪਿਆਰੇ ਮਰ ਜਾਣ ਤੇ ਉਜੜ ਜਾਂਦਾ ਜੇ ਉਹ ਮੇਲਾ ਤੇ ਚੰਗੀ ਮੰਦੀ ਉਹ ਸੱਜਣਾ ਕੋਲੋਂ ਬਈ ਸਹਿ ਵਾਰਾਂ ਹੋ ਜਾਂਦੀ ਪਰ ਯਾਰ ਯਾਰਾਂ ਦਾ ਗਿਲਾ ਨਹੀਂ ਕਰਦੇ ਉਹ ਅਸਲ ਪ੍ਰੀਤ ਜਿਨ੍ਹਾਂ ਦੀ ਤੇ ਲੈ ਓ ਯਾਰ ਲੈ ਓ ਯਾਰ ਓਏ ਹਵਾਲੇ ਰੱਬ ਦੇ ਤੇ ਲੰਮੀ ਛੋ ਨਾ ਕਹਾਣੀ ਉਹ ਟੁਰ ਗਏ ਨਬੀ ਮੁਹੰਮਦ ਵਰਗੇ ਤੇ ਮਨ ਤਕਦੀਰ ਰੁਬਾਣੀ ਬਹੁਤ ਅੱਛਾ।